ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਜੀ? ਠੀਕ ਠਾਕ ਹੋ? ਅਤੇ ਲਓ ਹੁਣ ਅਸੀਂ ਆਪਣੇ ਪਰਿਵਾਰ ਨੂੰ ਪੁੱਛਦੇ ਹਾਂ, ਉਹਨਾਂ ਪ੍ਰੋਗਰਾਮ ਵੇਖਿਆ ਟੀ ਵੀ ਉੱਤੇ, ਬਾਕੀ ਤੁਸੀਂ ਵੀ ਸਾਰਿਆਂ ਨੇ ਵੇਖਿਆ, ਅਤੇ ਆਪਣੇ ਵਿਊ ਕਮੈਂਟ ਜ਼ਰੂਰ ਦੱਸਿਓ। ਇਹ ਪ੍ਰੋਪਰ ਵੀਡੀਓ ਅਸੀਂ ਉਹਦੇ ਯੂਟਿਊਬ ਚੈਨਲ 'ਤੇ ਪਾਵਾਂਗੇ, ਸਪੈਸ਼ਲ ਬਲੌਗ। ਅਤੇ ਲਓ ਸਾਰਿਆਂ ਨੂੰ ਪੁੱਛਦੇ ਹਾਂ ਵੀ ਸਾਰਿਆਂ ਨੂੰ ਕੀ ਲੱਗਾ, ਕੀ ਵਧੀਆ ਲੱਗਾ, ਕਿਉਂ ਵੀ ਸਾਰਿਆਂ ਤੋਂ ਵੱਖਰਾ ਵੱਖਰਾ ਸਾਰਾ ਪ੍ਰੋਗਰਾਮ ਚੱਲਿਆ ਸੀ ਵਿੱਚ। ਚਲੋ ਸਭ ਤੋਂ ਪਹਿਲਾਂ ਆਪਾਂ ਜਾਂਦੇ ਹਾਂ ਪ੍ਰੀਤ ਕੌਰ, ਆ ਜਾਓ। ਹਾਂਜੀ ਪ੍ਰੀਤ ਜੀ, ਹਾਂਜੀ, ਕਿਵੇਂ ਦਾ ਲੱਗਿਆ ਤੁਹਾਨੂੰ? ਬੜਾ ਵਧੀਆ, ਮੈਨੂੰ ਤੇ ਇਹ ਪਤਾ ਲੱਗਾ ਕੰਫੀਡੈਂਸ ਹੈਗਾ ਮੇਰੇ 'ਚ ਥੋੜਾ ਬਹੁਤ। ਅੱਛਾ ਅੱਛਾ, ਤੇ ਹੋਰ ਕੀ ਕਿਹੜੀ ਚੀਜ਼ ਇਹਦੇ ਵਿੱਚ ਵਧੀਆ ਲੱਗੀ ਤੁਹਾਨੂੰ? ਮੈਨੂੰ ਤੇ ਉਹ ਗੱਲ ਬੜੀ ਸੋਹਣੀ ਲੱਗੀ ਜਦੋਂ ਭਾਬੀ ਰੀਤਾ ਦੀ ਇਹ ਨਨਾਣ ਮੇਰੀ ਨਾ ਜਿਹੜੀ ਇਹ ਤੋਂ ਮੈਂ ਸੂਟ ਵੀ ਪੁੱਛ ਕੇ ਪਾਉਂਦੀ, ਮਾਰ ਗਈ ਸਾਰੇ ਆਂਦੇ ਹੋਣੇ ਆ ਵੀ ਨਨਾਣ ਬੜੀ ਚੈਂਟ ਫੜ ਮਾਰ ਗਈ ਨਾ ਵੀ ਹੈ ਨਾ, ਕਦੀ ਪੁੱਛਿਆ ਨਹੀਂ ਮੈਂ, ਕਦੇ ਮੈਂ ਪੁੱਛਿਆ ਨਹੀਂ ਕਦੀ। ਹਾਂ ਨਹੀਂ ਪੁੱਛ ਕੇ ਪਾਉਂਦੀ। ਠੀਕ, ਚਲੋ ਹੁਣ ਤੇ ਹੋਰ ਤੁਹਾਨੂੰ ਕੋਈ ਚੀਜ਼ ਵਧੀਆ ਲੱਗੀ ਹੋਵੇ? ਹੋਰ ਬਾਕੀ ਲੜਾਈ ਬੜੀ ਵਧੀਆ ਕਰਦੇ ਨੇ। ਮੈਨੂੰ ਇਹ ਲੱਗਾ ਕਿ ਸਾਰੀ ਫੈਮਲੀ ਅਸੀਂ ਬੈਠੇ ਇਕੱਠੇ ਇੱਕ ਦੂਜੇ ਦੀਆਂ ਗੱਲਾਂ ਸੁਣੀਆਂ, ਉਦਾਂ ਇੰਨਾ ਟਾਈਮ ਨਹੀਂ ਇੱਕ ਦੂਜੇ ਕੋਲ। ਉਤਰਾ ਅੱਜ ਕੱਲ੍ਹ ਵੈਸੇ ਕਿਸੇ ਫੈਮਲੀ ਕੋਈ ਇੰਨਾ ਟਾਈਮ ਨਹੀਂ ਹੈਗਾ ਵੀ ਇਕੱਠੇ ਬੈਠਦੇ ਨੇ, ਇਹ ਵਧੀਆ ਇੱਕ ਸ਼ੋਅ ਹੈਗਾ ਵਾ, ਸਾਰੀ ਫੈਮਲੀ ਇਕੱਠੀ ਬੈਠਦੀ ਆ। ਚਲੋ ਹੁਣ ਅੱਗੇ ਆਪਾਂ ਚੱਲਦੇ ਮੰਮੀ ਪਾਪਾ ਨਾਲ, ਪੁੱਛਦੇ ਹਾਂ ਪਾਪਾ ਨੂੰ। ਹਾਂਜੀ ਪਾਪਾ ਜੀ, ਹਾਂਜੀ ਸਾਹਿਬ ਜੀ, ਇਹਨੂੰ ਬੰਦ ਕਰੋ, ਯੂਟਿਊਬ ਨੂੰ ਇੱਧਰ ਆਓ। ਹਾਂਜੀ ਸਾਹਿਬ ਜੀ, ਹਾਂਜੀ, ਪ੍ਰੋਗਰਾਮ ਵੇਖਿਆ ਤੁਸੀਂ? ਪ੍ਰੋਗਰਾਮ ਬਹੁਤ ਸੋਹਣਾ ਲੱਗਾ, ਬੜਾ ਮਜ਼ਾ ਆਇਆ ਵੇਖਣ ਦਾ। ਹਾਂਜੀ, ਤੇ ਕੋਈ ਚੀਜ਼ ਇਹੋ ਜਿਹੀ ਉਹਦੇ ਵਿੱਚ ਬੜੀ ਵਧੀਆ ਲੱਗੀ ਹੋਵੇ ਤੁਹਾਨੂੰ? ਕੋਈ ਚੀਜ਼ ਮੇਰੇ ਬੱਚੇ ਬਹੁਤ ਵਧੀਆ ਸਿਸਟਮ ਜਿਹੜਾ ਇਹਨਾਂ ਨੇ ਕੀਤਾ, ਬਹੁਤ ਵਧੀਆ ਕੀਤਾ, ਬਹੁਤ ਜੀ ਟੀ ਵੀ ਵਾਲਾ ਸਿਸਟਮ ਕੀਤਾ। ਤੁਸੀਂ ਦੱਸੋ ਤੁਹਾਨੂੰ ਕੋਈ ਚੀਜ਼ ਉਹਦੇ ਵਿੱਚ ਵਧੀਆ ਲੱਗੀ ਹੋਵੇ ਪ੍ਰੋਗਰਾਮ ਹਾਸੇ ਵਾਲੀ ਕੋਈ ਗੱਲ? ਸਭ ਤੋਂ ਪਹਿਲਾਂ ਤਾਂ ਮੈਨੂੰ ਹਾਸਾ ਇਹ ਬੜਾ ਆਇਆ ਵੀ ਜਦੋਂ ਨਾ ਕਮਲ ਤੋਂ ਗੁਬਾਰੇ ਨਹੀਂ ਫੜਦੇ। ਨਹੀਂ ਨਹੀਂ ਮੰਮੀ ਏਦਾਂ ਨੀ, ਇੱਕ ਮਿੰਟ ਤੁਹਾਡੇ ਅਵੇ ਲੋ ਹਾਸਾ ਪਾਤਾ ਹੁਣ ਹੁਣ। ਆਹੋ ਚਲੋ ਮੰਮੀ ਤੁਹਾਡੇ ਕੋਈ ਪੁੱਛੇ, ਤੁਹਾਨੂੰ ਸਭ ਤੋਂ ਵਧੀਆ ਕੀ ਚੀਜ਼ ਲੱਗੀ? ਹਾਂਜੀ ਜੀ ਪੰਜਾਬੀ ਦਾ, ਨਿਸ਼ਾ ਮੈਡਮ ਦਾ ਵੀ ਬੱਚੇ ਕਿੱਥੇ? ਐਕਚੁਅਲੀ ਉਹਨਾਂ ਕਿਹਾ ਵੀ ਬੱਚੇ ਰੌਲਾ ਪਾਉਣ, ਉਹਨਾਂ ਕਰਕੇ ਫਿਰ ਅਸੀਂ ਮੰਮੀ ਹੋਣਾ ਨੂੰ ਖੜਿਆ ਸੀ ਦੂਸਰਿਆਂ ਨੂੰ, ਤੇ ਬੱਚੇ ਉਧਰ ਹੀ, ਤੇ ਬਾਕੀ ਹੁਣ ਹੋ ਗਿਆ ਸਾਰਾ। ਤੇ ਮੈਨੂੰ ਵਧੀਆ ਇਹ ਲੱਗੀ ਚੀਜ਼ ਵੀ ਮੇਰੇ ਘਰ ਦੀਆਂ ਪਹਿਲੀ ਵਾਰ ਟੀਵੀ ਦੇ ਉੱਤੇ ਨਾ ਬੋਲਿਆ, ਤੇ ਬਾਅਦ ਚਲੋ ਇਹਨੇ ਕੱਢੀ ਜਿੰਨੀ ਕੱਢੀ ਨਾ, ਵੀ ਲੜਦੀ ਬੜਾ ਵਧੀਆ ਲੱਗੇ। ਪੋਲ ਸਾਰਿਆਂ ਦੇ ਬੜੇ ਖੁੱਲੇ ਵੇਖੋ। ਅੱਛਾ ਜੀ ਪਾਪਾ, ਤੁਸੀਂ ਫੋਨ ਛੱਡੋ 10 ਮਿੰਟ, ਕੋਈ ਗੱਲ ਨੀ, ਸਾਡੇ ਫਾਦਰ ਸਾਹਿਬ ਨਾ ਫੋਨ ਚ ਬਹੁਤ ਬਿਜ਼ੀ ਰਹਿੰਦੇ ਆ, ਹੁਣ ਟਾਈਮ ਮਿਲਿਆ ਸਵੇਰ ਦਾ, ਬਿਜ਼ੀ ਹਾਂ। ਬਾਕੀ ਪ੍ਰੋਗਰਾਮ ਵੇਖਿਆ, ਬਹੁਤ ਵਧੀਆ ਲੱਗਿਆ, ਤੇ ਬਹੁਤ ਬਹੁਤ ਥੈਂਕ ਯੂ ਜੀ ਪੰਜਾਬੀ ਦਾ ਜਿਹਨਾਂ ਨੇ ਸਾਨੂੰ ਮੌਕਾ ਦਿੱਤਾ ਆਉਣ ਦਾ। ਤੇ ਬਾਕੀ ਮੈਂ ਤੇ ਪਹਿਲਾਂ ਵੀ ਫੇਸ ਕਰ ਚੁੱਕਾ ਹਾਂ ਇਹ PDC ਪੰਜਾਬੀ ਮਿਸਟਰ ਪੰਜਾਬ ਵਿੱਚ, ਤੇ ਇਹਨਾਂ ਸਾਰੀ ਫੈਮਿਲੀ ਨੇ ਫਸਟ ਟਾਈਮ ਕੀਤਾ ਫੇਸ, ਤੇ ਮੈਡਮ ਦਾ, ਸਾਰੀ ਪੂਰੀ ਟੀਮ ਜੀ ਪੰਜਾਬੀ ਦਾ ਬਹੁਤ ਬਹੁਤ ਥੈਂਕ ਯੂ। ਜੀ ਪੰਜਾਬੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਕਿਤੇ ਸਾਡੇ ਪਿੰਡ ਆਣ ਕੇ ਵੀ ਥੋੜਾ ਜਿਹਾ। ਲਓ ਜੀ ਹੁਣ ਫਰਮਾਇਸ਼ ਹੋ ਗਈ ਆ ਜੀ ਪੰਜਾਬੀ ਵਾਲਿਆਂ ਨੂੰ, ਅਸੀਂ ਜ਼ਰੂਰ ਇਹ ਵੀਡੀਓ ਪਾਵਾਂਗੇ, ਵੀ ਜ਼ਰੂਰ ਤੁਸੀਂ ਪਿੰਡ ਆਓ, ਵਿਜ਼ਿਟ ਕਰੋ ਸਾਡੇ ਇੱਥੇ ਘਰੇ, ਤੇ ਇੱਕ ਫਿਰ ਵੀਡੀਓ ਬਣਾਉਂਦੇ ਹਾਂ ਆਪਾਂ, ਬਹੁਤ ਵਧੀਆ ਜੀ। ਸਾਰੇ ਜਾਣੇ ਦੱਸਿਓ ਸਾਰਿਆਂ ਨੂੰ ਕਿਹੜਾ ਕਿਹੜਾ, ਤੇ ਬਾਕੀ ਹੁਣ ਲਾਸਟ ਵਿੱਚ ਅਸੀਂ ਇਹੋ ਕਹਾਂਗੇ ਵੀ ਜਿਨ੍ਹਾਂ ਜਿਨ੍ਹਾਂ ਨੇ ਪ੍ਰੋਗਰਾਮ ਵੇਖਿਆ ਵਾ, ਇਹ ਪ੍ਰੋਪਰ ਵਲੌਗ ਵੀਡੀਓ ਜਿਹੜੀ ਅਸੀਂ ਯੂਟਿਊਬ ਦੇ ਉੱਤੇ ਪਾਵਾਂਗੇ, ਅਤੇ ਸਾਰੇ ਜਾਣੇ ਜ਼ਰੂਰ ਵੇਖ ਕੇ ਕਮੈਂਟ ਕਰਕੇ ਉਹਦੇ ਉੱਤੇ ਜ਼ਰੂਰ ਦੱਸਿਓ ਵੀ ਕਿਵੇਂ ਦਾ ਲੱਗਾ ਪ੍ਰੋਗਰਾਮ, ਸਭ ਤੋਂ ਵਧੀਆ ਚੀਜ਼ ਕੀ ਲੱਗੀ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।